ਮੇਰੀ ਖੇਤੀ ਮੇਰਾ ਕਿਸਾਨ ਚੈਨਲ ਦੇਖ ਰਹੇ ਕਿਸਾਨ ਵੀਰਾਂ ਨੂੰ ਕੁਲਦੀਪ ਸ਼ੇਰਗਲ ਵੱਲੋਂ ਸਤਿ ਸ਼੍ਰੀ ਅਕਾਲ। ਸਾਥੀਓ, ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿ ਕਣਕ ਨੂੰ ਆਖਰੀ ਪਾਣੀ ਕਦੋਂ ਲਾਇਆ ਜਾਵੇ। ਪਹਿਲਾਂ ਮੈਂ ਬੇਨਤੀ ਕਰਾਂਗਾ ਕਿ ਜਿਨ੍ਹਾਂ ਕਿਸਾਨ ਵੀਰਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਲਾਲ ਬਟਨ ਨੱਪ ਕੇ ਚੈਨਲ ਸਬਸਕ੍ਰਾਈਬ ਕਰ ਲਓ ਅਤੇ ਨਾਲ ਘੰਟੀ ਵਾਲਾ ਬਟਨ ਜ਼ਰੂਰ ਨੱਪ ਲਿਓ ਤਾਂ ਕਿ ਜੋ ਵੀ ਮੈਂ ਵੀਡੀਓ ਅਪਲੋਡ ਕਰਾਂ ਉਹ ਤੁਹਾਡੇ ਫੋਨ ਤੱਕ ਜਲਦੀ ਤੋਂ ਜਲਦੀ ਪਹੁੰਚ ਸਕੇ। ਕਿਸਾਨ ਵੀਰੋ, ਕਣਕ ਦੇ ਆਖਰੀ ਪਾਣੀ ਦਾ ਬਹੁਤ ਜ਼ਿਆਦਾ ਮਹੱਤਵ ਹੈ ਕਣਕ ਦੇ ਵਿੱਚ, ਕਿਉਂਕਿ ਜੇਕਰ ਤੁਸੀਂ ਪਾਣੀ ਲੇਟ ਤੱਕ ਲਾ ਦਿੰਦੇ ਹੋ ਜਿਹਦੇ ਨਾਲ ਤੁਹਾਡਾ ਪਾਣੀ ਦੀ ਤਾਂ ਵੇਸਟੇਜ ਹੋਵੇਗੀ ਹੋਵੇਗੀ, ਉਹਦੇ ਨਾਲ ਕਣਕ ਵੀ ਡਿੱਗੂਗੀ, ਤੂੜੀ ਦਾ ਰੰਗ ਵੀ ਖਰਾਬ ਹੋਊਗਾ ਅਤੇ ਜਿਹੜਾ ਹੈਗਾ ਕਣਕ ਥੋੜ੍ਹੀ ਲੇਟ ਵੀ ਪੱਕੂਗੀ। ਅਤੇ ਕਣਕ ਦੇ ਵੇਲੇ ਆਪਾਂ ਨੂੰ ਪਤਾ ਕਿ ਅੱਗਾਂ ਲੱਗਣ ਦੀਆਂ ਘਟਨਾਵਾਂ ਹੁੰਦੀਆਂ ਅਤੇ ਉਹਦੇ ਕਰਕੇ ਜਿਹੜਾ ਹੈਗਾ ਕੋਈ ਹੋਰ ਨੁਕਸਾਨ ਵੀ ਹੋ ਸਕਦਾ ਲੇਟ ਖੜ੍ਹੀ ਕਣਕ ਦਾ। ਅਤੇ ਜੇ ਤੁਸੀਂ ਪਾਣੀ ਨਹੀਂ ਲਾਉਂਦੇ ਤਾਂ ਇਹ ਇੱਕ ਪਾਣੀ ਤੁਹਾਡਾ ਝਾੜ ਕਾਫੀ ਹੱਦ ਤੱਕ ਘਟਾ ਸਕਦਾ ਹੈ। ਕਣਕ ਦਾ ਅਖੀਰਲਾ ਪਾਣੀ ਦੇਖੋ ਕਈ ਚੀਜ਼ਾਂ 'ਤੇ ਨਿਰਭਰ ਕਰਦਾ ਕਿ ਤੁਹਾਡੀ ਜ਼ਮੀਨ ਰੇਤਲੀ ਹੈ ਕਿ ਚੀਕਣੀ ਹੈ, ਕਣਕ ਕਿਹੋ ਜਿਹੀ ਸਟੇਜ 'ਤੇ ਖੜ੍ਹੀ ਹੈ ਖੇਤ ਦੇ ਵਿੱਚ, ਮੌਸਮ ਕਿਹੋ ਜਿਹਾ ਅਤੇ ਪਾਣੀ ਤੁਹਾਡੇ ਕੋਲ ਕਿੰਨਾ ਹੈ। ਕਣਕ ਨੂੰ ਜਿਹੜਾ ਹੈਗਾ ਦੋਧੇ ਤੋਂ ਕਰੜਾ ਦਾਣਾ ਹੋਣ ਦੇ ਵਿੱਚ 3 ਤੋਂ 4 ਇੰਚ ਪਾਣੀ ਚਾਹੀਦਾ ਸਿਰਫ। ਅਤੇ ਪਾਣੀ ਅਖੀਰਲਾ ਲਾਉਣਾ ਕਦੋਂ ਹੈ, ਸਭ ਤੋਂ ਪਹਿਲਾਂ ਤਾਂ ਆਪਾਂ ਜਿਹੜਾ ਹੈਗਾ ਗੱਲ ਕਰ ਲਈਏ ਕਿ ਇਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਨੁਸਾਰ ਜਿਹੜੀ ਟਾਈਮ ਸਿਰ ਬੀਜੀ ਹੋਈ ਕਣਕ ਹੈ ਉਹਨੂੰ ਅਖੀਰਲਾ ਪਾਣੀ 30 ਮਾਰਚ ਤੱਕ ਲਾ ਦੇਣਾ ਚਾਹੀਦਾ ਹੈ। ਅਤੇ ਜਿਹੜੀ ਕਣਕ 5 ਦਸੰਬਰ ਤੋਂ ਬਾਅਦ 'ਚ ਬੀਜੀ ਹੈ ਉਹਦਾ ਅਖੀਰਲਾ ਪਾਣੀ 10 ਅਪ੍ਰੈਲ ਤੱਕ ਆਪਾਂ ਲਿਜਾ ਸਕਦੇ ਹਾਂ। ਹੁਣ ਆਪਾਂ ਗੱਲ ਕਰੀਏ ਕਿ ਜਿਹੜੀਆਂ ਚੀਕਣੀਆਂ ਪੈਲੀਆਂ ਹੈਗੀਆਂ ਉਹਨਾਂ ਨੂੰ ਜੇਕਰ ਤੁਸੀਂ ਮੌਸਮ ਸਹੀ ਰਹਿੰਦਾ, ਤਾਪਮਾਨ ਜ਼ਿਆਦਾ ਨਹੀਂ ਵੱਧਦਾ ਤਾਂ ਅਖੀਰਲਾ ਪਾਣੀ ਅਸੀਂ 15 ਮਾਰਚ ਦੇ ਨੇੜੇ ਬੰਦ ਕਰ ਸਕਦੇ ਹਾਂ। ਅਤੇ ਜਿਹੜੀਆਂ ਰੇਤਲੀਆਂ ਪੈਲੀਆਂ ਉਹਦਾ ਪਾਣੀ ਅਸੀਂ 30 ਮਾਰਚ ਤੱਕ ਲਿਜਾ ਸਕਦੇ ਹਾਂ। ਬਹੁਤੀ ਵਾਰੀ ਸਾਨੂੰ ਨਹੀਂ ਸਮਝ ਆਉਂਦੀ ਕਿ ਮੈਂ ਹੁਣ ਕਿਹਦੀ ਮੰਨਾਂ, ਕਿੰਨੀ ਤਰੀਕ ਨੂੰ ਲੈ ਕੇ ਜਾਵਾਂ, ਇਸ ਘੁੰਮਣ ਘੇਰੀ ਦੇ ਵਿੱਚ ਅਸੀਂ ਪਏ ਰਹਿੰਦੇ ਹਾਂ। ਇਸ ਕਰਕੇ ਸਾਨੂੰ ਇਹ ਦੇਖਣਾ ਪਏਗਾ ਕਿ ਕਣਕ ਨੂੰ ਜੇ ਆਪਾਂ ਟੈਕਨੀਕਲੀ ਗੱਲ ਕਰੀਏ ਕਿ ਜਦੋਂ ਫਿਜ਼ੀਓਲੋਜੀਕਲੀ ਕਣਕ ਮੈਚਿਓਰ ਹੋ ਗਈ ਉਸ ਟਾਈਮ ਤੋਂ ਬਾਅਦ 'ਚ ਪਾਣੀ ਨਹੀਂ ਲਾਉਣਾ। ਫਿਜ਼ੀਓਲੋਜੀਕਲ ਮੈਚਿਓਰਟੀ ਕੀ ਹੁੰਦੀ ਹੈ ਕਿ ਜਿਹੜੀ ਕਣਕ ਦਾ ਹੈੱਡ ਹੈ ਜਾਂ ਜਿਹੜਾ ਛਿੱਟਾ ਹੈ, ਛਿੱਟੇ ਦੇ ਹੇਠਲਾ ਜਿਹੜਾ ਤਣਾ ਹੈ ਜਿੱਥੋਂ ਜੁੜਿਆ ਹੁੰਦਾ ਹੈ, ਜਿਹੜੀ ਛਿੱਟੇ ਦੀ ਗਰਦਨ ਹੁੰਦੀ ਹੈ, ਉਹਦਾ ਰੰਗ ਹਲਕਾ ਪੀਲਾ ਜਾਂ ਟੈਨ ਕਲਰ ਦਾ ਜਾਂ ਬਰਾਊਨ ਕਲਰ ਦਾ ਹੋਣਾ ਸ਼ੁਰੂ ਹੋ ਜਾਂਦਾ ਹੈ। ਮੈਂ ਫੋਟੋਆਂ ਵਿੱਚ ਵੀ ਦਿਖਾਇਆ ਕਿ ਦੇਖੋ ਨਿਸ਼ਾਨ ਲਗਾ ਲਗਾ ਕੇ ਕਿ ਇਹ ਜਗ੍ਹਾ ਜਿਹੜੀ ਹੈਗੀ ਹੈ ਪੀਲਾ ਹੋਣਾ ਸ਼ੁਰੂ ਹੋ ਗਿਆ। ਫਿਜ਼ੀਓਲੋਜੀਕਲ ਮੈਚਿਓਰਟੀ ਉਹ ਹੁੰਦੀ ਹੈ ਜਿਹਦੇ ਵਿੱਚ ਦਾਣਾ ਆਪਦਾ ਡਰਾਈ ਵੇਟ ਜਿੰਨਾ ਉਹਨੂੰ ਚਾਹੀਦਾ ਪੂਰਾ ਵਜ਼ਨ ਕਰ ਲੈਂਦਾ ਹੈ। ਅਤੇ ਪਰੰਤੂ ਰੰਗ ਛਿੱਟਿਆਂ ਦਾ ਅਤੇ ਦਾਣੇ ਦੇ ਕੁਝ ਹਿੱਸੇ ਦਾ ਹਰਾ ਹੀ ਰਹਿੰਦਾ ਹੈ, ਸਮਝ ਗਏ ਨਾ। ਮਤਲਬ ਕਿ ਇਹ ਨਹੀਂ ਹੈਗਾ ਕਿ ਜਦੋਂ ਆਪਾਂ ਕਹਾਂਗੇ ਕਿ ਦਾਣਾ ਪੂਰਾ ਲਾਲ ਹੋ ਗਿਆ ਜੀ ਉਦੋਂ ਪਾਣੀ ਬੰਦ ਕਰਨਾ, ਨਹੀਂ। ਫਿਜ਼ੀਓਲੋਜੀਕਲ ਮੈਚਿਓਰਟੀ ਇਹ ਹੈ ਕਿ ਜਦੋਂ ਬਾਹਰੋਂ ਜਿਹੜਾ ਹੈਗਾ ਛਿੱਟੇ ਦਾ ਰੰਗ ਬਦਲਣਾ ਸ਼ੁਰੂ ਹੋ ਗਿਆ, ਹੇਠਲੇ ਪਾਸੇ ਥੋੜ੍ਹਾ ਜਿਹਾ ਪੀਲਾ ਪੈਣਾ ਸ਼ੁਰੂ ਹੋ ਗਿਆ, ਅਤੇ ਜਿਹੜਾ ਦਾਣਾ ਹੈਗਾ ਉਹਨੇ ਆਪਣਾ ਪੂਰਾ ਸਾਈਜ਼ ਜਿਹੜਾ ਹੈਗਾ ਅਤੇ ਡਰਾਈ ਵੇਟ ਆਪਣਾ ਪੂਰਾ ਲੈ ਲਿਆ। ਨੱਪਣ ਤੋਂ ਬਾਅਦ 'ਚ ਦੁੱਧ ਨਹੀਂ ਨਿਕਲਦਾ ਵਿੱਚੋਂ, ਉਹਨੂੰ ਅਸੀਂ ਫਿਜ਼ੀਓਲੋਜੀਕਲ ਮੈਚਿਓਰਟੀ ਕਹਾਂਗੇ। ਹੁਣ ਮੇਰੇ ਕਈ ਕਿਸਾਨ ਵੀਰ ਕੀ ਕਰਦੇ ਕਿ ਫਿਜ਼ੀਓਲੋਜੀਕਲ ਮੈਚਿਓਰਟੀ ਤੋਂ ਬਾਅਦ 'ਚ ਵੀ ਪਾਣੀ ਲਾਈ ਜਾਂਦੇ ਨਹੀਂ, ਸਾਨੂੰ ਤਾਂ 30 ਮਾਰਚ ਕਹੀ ਸੀ। ਨਹੀਂ, ਉਹ ਗਲਤ ਹੈ। ਉਹਦੇ ਵਿੱਚ ਕੀ ਹੋਏਗਾ ਕਿ ਤੁਹਾਡੀ ਕਣਕ ਦਾ ਨੁਕਸਾਨ ਉਲਟਾ ਹੋਏਗਾ ਕਿ ਕਣਕ ਥੱਲੇ ਡਿੱਗੇਗੀ, ਥੱਲੇ ਡਿੱਗਣ ਦੇ ਕਰਕੇ ਜੇ ਉੱਪਰੋਂ ਬਾਰਿਸ਼ ਵਗੈਰਾ ਆ ਗਈ ਹੋਰ ਗਿੱਲਾ ਰਹਿ ਗਿਆ ਅਤੇ ਤੁਹਾਡੇ ਦਾਣੇ ਜਿਹੜੇ ਹੈਗੇ ਆ ਛਿੱਟਿਆਂ ਦੇ ਵਿੱਚ ਹੀ ਪੁੰਗਰ ਸਕਦੇ ਆ, ਜਿਹਦੇ ਕਰਕੇ ਕੁਆਲਿਟੀ ਖਰਾਬ ਹੋ ਜਾਊਗੀ। ਜਿਹੜੀ ਕਣਕ ਹੈਗੀ ਹੈ, ਕਣਕ ਦਾ ਜਿਹੜਾ ਨਾੜ ਹੈਗਾ ਉਹ ਆਪਦਾ ਸੁਨਹਿਰੀ ਰੰਗ ਗਵਾ ਦੂਗਾ ਅਤੇ ਗਵਾ ਕੇ ਅਤੇ ਹੋਰ ਹੀ ਮਟਮੈਲੀ ਜੀ ਤੂੜੀ ਵੀ ਬਣੇਗੀ ਅਤੇ ਉਹਦਾ ਪੂਰਾ ਮੁੱਲ ਵੀ ਨਹੀਂ ਮਿਲਣਾ। ਇਸ ਕਰਕੇ ਸਹੀ ਟਾਈਮ 'ਤੇ ਅਖੀਰਲਾ ਪਾਣੀ ਬੰਦ ਕਰੋ। ਜਿਹੜੇ ਵੀਰ ਨੇ ਕਣਕ 5 ਦਸੰਬਰ ਤੋਂ ਬਾਅਦ 'ਚ ਬੀਜੀ ਹੈ ਉਹਨਾਂ ਦੀ ਫਿਜ਼ੀਓਲੋਜੀਕਲ ਮੈਚਿਓਰਟੀ ਹੋ ਸਕਦਾ ਕਿ ਅਪ੍ਰੈਲ ਦੇ ਵਿੱਚ ਆਏਗੀ, ਤਾਂ ਉਹ ਅਖੀਰਲਾ ਪਾਣੀ 10 ਅਪ੍ਰੈਲ ਤੱਕ ਲਾ ਸਕਦੇ ਹੈ। ਪਰੰਤੂ ਜਿਨ੍ਹਾਂ ਨੇ ਟਾਈਮ ਸਿਰ ਬੀਜੀ ਹੈ, ਜ਼ਮੀਨਾਂ ਭਾਰੀਆਂ, ਹੋ ਸਕਦਾ ਕਿ ਉਹਨਾਂ ਨੂੰ 15 ਮਾਰਚ ਤੋਂ ਬਾਅਦ 'ਚ ਹੀ ਪਾਣੀ ਨਾ ਲਾਉਣਾ ਪਵੇ। ਜਿਹੜੀਆਂ ਰੇਤਲੀਆਂ ਜ਼ਮੀਨਾਂ ਵਾਲੇ ਹੈ
ਉਹਨਾਂ ਨੂੰ ਇਹ ਹੋ ਸਕਦਾ ਕਿ 30 ਮਾਰਚ ਤੱਕ ਜਾਣਾ ਪਵੇ। ਹੁਣ ਇਹ ਸਾਰੇ ਤੁੱਕੇ ਮੈਂ ਆਪਣੇ ਘਰ ਬੈਠਾ ਤਾਂ ਹਰ ਇੱਕ ਨੂੰ ਇੱਕ ਡੇਟ ਨਹੀਂ ਦੱਸ ਸਕਦਾ ਵੀਰੋ, ਤਾਂ ਇਹਦੇ ਲਈ ਫਿਰ ਇਹੀ ਜ਼ਰੂਰੀ ਹੈ ਕਿ ਤੁਸੀਂ ਖੁਦ ਆਪਣਾ ਦੇ ਸਿੱਖੋ ਕਿ ਇਹ ਦਾਣੇ ਹੈ। ਦੇਖੋ ਇਹਨਾਂ ਦਾਣਿਆਂ ਦੇ ਵਿੱਚੋਂ ਜਿਹੜਾ ਹੈਗਾ ਇੱਕ ਸਾਈਡ ਤੋਂ ਦਾਣੇ ਦਿਖਣੇ ਸ਼ੁਰੂ ਕਰੋ, ਅਤੇ ਇਹ ਦਾਣਾ ਜਿਹੜਾ ਹੈਗਾ ਜਿਸ 'ਤੇ ਮੈਂ ਨਿਸ਼ਾਨ ਲਗਾਇਆ ਇਹ ਫਿਜ਼ੀਓਲੋਜੀਕਲ ਮੈਚਿਓਰਟੀ 'ਤੇ ਆ ਗਿਆ। ਜਦੋਂ ਇਸ ਸਟੇਜ 'ਤੇ ਦਾਣਾ ਆ ਗਿਆ ਮੁੜ ਕੇ ਇਹਨੂੰ ਪਾਣੀ ਨਹੀਂ ਲਾਉਣਾ। ਆਹ 3 ਛਿੱਟੇ ਹੈ, ਇਹਨਾਂ ਦੇ ਵਿੱਚੋਂ ਦੇਖੋ ਕਿ ਜਿਹੜਾ ਤੀਸਰੇ ਰੰਗ ਦਾ ਛਿੱਟਾ ਜਿਸ 'ਤੇ ਮੈਂ ਨਿਸ਼ਾਨ ਲਾਇਆ ਹੈਗਾ ਇਹ ਫਿਜ਼ੀਓਲੋਜੀਕਲ ਮੈਚਿਓਰਟੀ ਨੂੰ ਟੈਂਡ ਕਰ ਗਿਆ ਹੈ। ਹੁਣ ਇਸ ਨੂੰ ਪਾਣੀ ਦੇਣ ਦਾ ਇਸ ਤੋਂ ਬਾਅਦ ਦੇ ਵਿੱਚ ਕੋਈ ਲਾਭ ਨਹੀਂ ਹੋਣਾ। ਜੇਕਰ ਤੁਸੀਂ ਪਾਣੀ ਦੇਵੋਗੇ ਤਾਂ ਤੁਸੀਂ ਨੁਕਸਾਨ ਕਰਵਾਓਗੇ। ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ ਮਾਰਚ ਦੇ ਵਿੱਚ 15 ਮਾਰਚ ਤੋਂ ਬਾਅਦ ਦੇ ਵਿੱਚ ਅਸੀਂ ਜਿਹੜੇ ਹੈਗੇ ਆ ਪਾਣੀ ਘੱਟ ਲਾਉਣੇ ਹੈ। ਘੱਟ ਲਾਉਣ ਦਾ ਕਾਰਨ ਇਹ ਹੁੰਦਾ ਕਿ ਇਹਨਾਂ ਦਿਨਾਂ ਦੇ ਵਿੱਚ ਹਵਾ ਬਹੁਤ ਜ਼ਿਆਦਾ ਚੱਲਦੀ ਹੈ। ਹਵਾ ਚੱਲਣ ਦੇ ਨਾਲ ਜੇ ਖੇਤ ਦੇ ਵਿੱਚ ਪਾਣੀ ਖੜ੍ਹਾ ਹੋਵੇ ਅਤੇ ਹਵਾ ਚੱਲ ਜੇ ਤਾਂ ਸਾਡੀ ਕਣਕ ਸਾਰੀ ਦੀ ਸਾਰੀ ਵਿਛ ਜਾਂਦੀ ਹੈ। ਹਾਂ ਜੇ ਪਾਣੀ ਜੀਰ ਜੇ ਅਤੇ ਉਸ ਤੋਂ ਬਾਅਦ ਹਵਾ ਲੱਗੇ ਤਾਂ ਫਿਰ ਜਿਹੜਾ ਹੈਗਾ ਕਣਕ ਡਿੱਗਣ ਦੀ ਦਿੱਕਤ ਬਹੁਤ ਘੱਟ ਆਉਂਦੀ ਹੈ। ਤਾਂ ਇਸ ਕਰਕੇ ਜਿਹੜਾ ਪਾਣੀ ਹੈਗਾ ਇਹ ਹਵਾ ਰੁਕੀ ਤੋਂ ਲਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਅਤੇ ਹਵਾ ਰੁਕਦੀ ਕਦੋਂ ਹੈ, ਇਹਨਾਂ ਦਿਨਾਂ ਦੇ ਵਿੱਚ ਰਾਤ ਦੇ ਟਾਈਮ 'ਤੇ ਹਵਾ ਨਹੀਂ ਵਗਦੀ, ਜਿਹਦੇ ਕਰਕੇ ਜਿਹੜਾ ਇਹ ਪਾਣੀ ਦੇਣਾ ਹੈਗਾ ਇਹ ਤੁਸੀਂ ਜੇ ਰਾਤ ਨੂੰ ਦੇਵੋਗੇ ਤਾਂ ਤੁਹਾਡੇ ਲਈ ਜ਼ਿਆਦਾ ਲਾਭਦਾਇਕ ਹੋਏਗਾ। ਅਤੇ ਭਾਰਾ ਪਾਣੀ ਕਦੇ ਵੀ ਨਹੀਂ ਦੇਣਾ। ਹੁਣ ਰਾਤ ਨੂੰ ਪਾਣੀ ਲਾਵਾਂਗੇ ਤਾਂ ਪਾਣੀ ਦਾ ਪਾਰਾ ਲੱਗਣਾ ਹੀ ਲੱਗਣਾ। ਤਾਂ ਤੁਸੀਂ ਮੇਰੇ ਨਾਲੋਂ ਜ਼ਿਆਦਾ ਸਮਝਦਾਰ ਹੋ, ਤੁਸੀਂ ਖੇਤੀ ਕਰਦੇ ਹੋ, ਤੁਹਾਨੂੰ ਪਤਾ ਹੁੰਦਾ ਕਿ ਜੇ ਦੋ ਕਰਮਾਂ ਰਹਿੰਦੇ ਹੋਏ ਮੈਂ ਕਿਆਰੇ ਦਾ ਨੱਕਾ ਮੋੜ ਦੇਵਾਂ ਤਾਂ ਮੇਰਾ ਕਿਆਰਾ ਭਰ ਜਾਂਦਾ। ਦੇਖੋ ਹਰ ਇੱਕ ਜ਼ਮੀਨ ਦੇ ਹਿਸਾਬ ਦੇ ਨਾਲ, ਕਿਤੇ ਦੋ ਕਰਮਾਂ ਰਹਿੰਦੇ ਕਿਤੇ 3 ਕਰਮਾਂ ਰਹਿੰਦੇ, ਨੱਕਾ ਮੋੜ ਦਈਏ ਤਾਂ ਸਿਰੇ ਪਾਣੀ ਲੱਗ ਜਾਂਦਾ ਹੈ। ਅਤੇ ਜਿਹੜਾ ਪਾਣੀ ਸਿਰੇ ਪਹੁੰਚ ਗਿਆ ਉਹਦਾ ਨੱਕਾ ਤੋੜ ਕੇ ਜਿਹੜਾ ਹੈਗਾ ਜਿਹੜੇ ਕਿਆਰੇ ਨੂੰ ਭਰ ਰਹੇ ਹੋ ਉਹਦੇ ਵਿੱਚ ਛੱਡ ਦਿਓ, ਤਾਂ ਉਹਦੇ ਨਾਲ ਦੂਸਰੇ ਦਾ ਮੱਥਾ ਭਰ ਜੂਗਾ ਅਤੇ ਇਹਦਾ ਫਾਲਤੂ ਦਾ ਪਾਣੀ ਜਿਹੜਾ ਹੈਗਾ ਉੱਧਰ ਨਿਕਲ ਜਾਏਗਾ। ਇਹਨਾਂ ਦਿਨਾਂ ਦੇ ਵਿੱਚ ਖੇਤ ਦੇ ਵਿੱਚ ਜਿਹੜਾ ਹੈਗਾ ਪਾਣੀ ਨਹੀਂ ਖੜ੍ਹਾ ਰਹਿਣ ਦੇਣਾ। ਜੇ ਪਾਣੀ ਜ਼ਿਆਦਾ ਖੜ੍ਹਾ ਹੈ ਉਹਨੂੰ ਖਾਲਿਆਂ ਦੇ ਵਿੱਚ ਜਾਂ ਜਿਹੜੇ ਖੇਤ ਦੇ ਵਿੱਚ ਪਾਣੀ ਲਾਉਣਾ ਹੈਗਾ ਉਸ ਦੇ ਵਿੱਚ ਜਿਹੜਾ ਹੈਗਾ ਵੱਟਾਂ ਤੋੜ ਕੇ ਕੱਢ ਦੇਣਾ ਚਾਹੀਦਾ, ਜਿਹਦੇ ਨਾਲ ਸਾਨੂੰ ਜ਼ਿਆਦਾ ਲਾਭ ਮਿਲੇਗਾ। ਜਦੋਂ ਤੁਸੀਂ ਇੱਕ ਵਾਰੀ ਤੁਸੀਂ ਇਹ ਸੋਚ ਲਿਆ ਕਿ ਵੀ ਹੁਣ ਮੈਂ ਅਖੀਰਲਾ ਪਾਣੀ ਲਾਤਾ ਅਤੇ ਇਸ ਤੋਂ ਬਾਅਦ 'ਚ ਨਹੀਂ ਲਾਉਣਾ, ਤਾਂ ਫਿਰ ਪਾਣੀ ਲਾਉਣ ਦੀ ਟਰਾਈ ਨਾ ਕਰੋ। ਕਈ ਵਾਰੀ ਕੀ ਹੁੰਦਾ ਹੈ ਕਿ ਕਿਸਾਨ ਵੀਰ ਇਹਨਾਂ ਦਿਨਾਂ ਦੇ ਵਿੱਚ ਪਾਣੀ ਆਪਦੇ ਹਿਸਾਬ ਨਾਲ ਬੰਦ ਕਰ ਦਿੰਦਾ ਅਤੇ ਜ਼ਮੀਨ ਪੂਰੀ ਸੁੱਕਣ ਦਿੰਦਾ ਹੈ। ਉਸ ਤੋਂ ਬਾਅਦ 'ਚ ਪਤਾ ਲੱਗਦਾ ਕਿ ਤਾਪਮਾਨ ਤਾਂ ਇੱਕਦਮ ਵੱਧ ਗਿਆ, ਗਰਮੀ ਜ਼ਿਆਦਾ ਪੈਣ ਲੱਗ ਪਈ ਅਤੇ ਕਣਕ ਕਮਲਾਉਣ ਲੱਗ ਪਈ, ਕਿਤੇ ਮੈਂ ਘਾਟੇ 'ਚ ਨਾ ਪੈ ਜਾਵਾਂ। ਅਤੇ ਇਸ ਸਥਿਤੀ 'ਚ ਕੀ ਹੁੰਦਾ ਕਿ ਜ਼ਮੀਨ ਪੂਰੀ ਸੁੱਕ ਜਾਂਦੀ ਹੈ, ਜ਼ਮੀਨ ਸੁੱਕਣ ਦੇ ਨਾਲ ਤਾਪਮਾਨ ਜ਼ਿਆਦਾ ਹੋਣ ਕਰਕੇ ਜੜ੍ਹਾਂ ਵੀ ਉਹਦੀਆਂ ਖਤਮ ਹੋਣੀਆਂ ਸ਼ੁਰੂ ਹੋ ਜਾਂਦੀਆਂ। ਅਤੇ ਜ਼ਮੀਨ ਸੁੱਕਣ ਤੋਂ ਬਾਅਦ ਜਦੋਂ ਤੁਸੀਂ ਉਹਨੂੰ ਪਾਣੀ ਲਾਉਣੇ ਹੋ ਕਿ ਵੀ ਕਿਤੇ ਸੁੱਕ ਨਾ ਜਾਵੇ, ਖਰਾਬ ਨਾ ਹੋ ਜਾਵੇ, ਤਾਂ ਉਸ ਪਾਣੀ ਦਾ ਫਾਇਦਾ ਜਮ੍ਹਾਂ ਵੀ ਨਹੀਂ ਹੁੰਦਾ, ਬਲਕਿ ਉਹਦੇ ਨਾਲ ਕੀ ਹੁੰਦਾ ਕਿ ਕਣਕ ਸਾਰੀ ਦੀ ਸਾਰੀ ਉੱਲਰ ਜਾਂਦੀ ਹੈ, ਡਿੱਗ ਪੈਂਦੀ ਹੈ, ਕਿਉਂਕਿ ਉਹਦੀਆਂ ਜੜ੍ਹਾਂ ਨੂੰ ਪਹਿਲਾਂ ਹੀ ਮਰ ਚੁੱਕੀਆਂ ਹੁੰਦੀਆਂ। ਤਾਂ ਇਹ ਚੀਜ਼ ਕਦੇ ਵੀ ਨਹੀਂ ਕਰਨਾ ਜਿਹਦੇ ਨਾਲ ਕਿ ਤੁਹਾਨੂੰ ਜਿਹੜਾ ਹੈਗਾ ਕਣਕ ਦੇ ਵਿੱਚ ਕਾਫੀ ਜ਼ਿਆਦਾ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ। ਬਾਕੀ ਜੇ ਕਣਕ ਡਿੱਗ ਵੀ ਪਈ ਹੈ ਤਾਂ ਇੰਨੀ ਘਬਰਾਉਣ ਦੀ ਗੱਲ ਵੀ ਨਹੀਂ ਹੈਗੀ, ਕਿਉਂਕਿ ਉਸ ਕਣਕ ਦੀ ਕਟਾਈ ਬੜੇ ਧਿਆਨ ਰੱਖਿਓ ਜੀ, ਕਿਉਂਕਿ ਇਸ ਸਟੇਜ 'ਤੇ ਦਾਣਾ ਪੂਰਾ ਬਣ ਚੁੱਕਾ ਹੈ, ਦਾਣੇ ਦਾ ਕੋਈ ਲੋਸ ਨਹੀਂ ਜ਼ਿਆਦਾ ਹੋਣ ਵਾਲਾ, ਪਰਾਲੀ ਦਾ ਜ਼ਰੂਰ ਹੋਊਗਾ, ਤੂੜੀ ਦਾ ਜ਼ਰੂਰ ਹੋਊਗਾ, ਪਰੰਤੂ ਤੁਸੀਂ ਉਸ ਜਿਹਨੂੰ ਵਢਾਉਣ ਲੱਗੇ ਸਵੇਰੇ ਜਾਂ ਸ਼ਾਮ ਨੂੰ ਵਢਾਓ ਤਾਂ ਤੁਹਾਡਾ ਨੁਕਸਾਨ ਘੱਟ ਹੋਏਗਾ, ਜੇ ਦੁਪਹਿਰ ਨੂੰ ਵੱਢਿਆ ਗਿਆ ਤਾਂ ਉਸ ਖੇਤ ਦਾ ਨੁਕਸਾਨ ਜ਼ਿਆਦਾ ਹੋਏਗਾ। ਇਸ ਗੱਲ 'ਚੋਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਜੇ ਤੁਹਾਡਾ ਪਿਛਲੇ ਸਾਲਾਂ ਦਾ ਰਿਕਾਰਡ ਦੁਚਿੱਤੀ ਵਾਲਾ ਰਿਹਾ ਹੈ, ਤੁਹਾਡਾ ਮਨ ਨਹੀਂ ਖੜਦਾ ਕਿ ਮੈਂ ਇੱਕ ਪਾਣੀ ਹੋਰ ਲਾਉਣਾ ਹੈ, ਤਾਂ ਉਸ ਸਥਿਤੀ ਦੇ ਵਿੱਚ ਤੁਸੀਂ ਗਿੱਲੇ ਮੂੰਹੇ ਹੀ ਪਾਣੀ ਫੇਰਨਾ ਹੈ, ਜ਼ਮੀਨ ਨੂੰ ਸੁੱਕਣ ਤੋਂ ਪਹਿਲਾਂ ਹੀ ਤੁਸੀਂ ਪਾਣੀ ਫੇਰ ਦੇਣਾ ਹੈ, ਤਾਂ ਕਿ ਜਿਹੜਾ ਹੈਗਾ ਉਹ ਜਿਹੜੀ ਸੁੱਕ ਕੇ ਕਣਕ ਡਿੱਗਦੀ ਹੈ ਉਹ ਦਿੱਕਤ ਤੁਹਾਡੇ ਖੇਤ ਦੇ ਵਿੱਚ ਨਾ ਆਵੇ। ਦੋਸਤੋ ਜਿਸ ਤਰ੍ਹਾਂ ਮੈਂ ਇਸ ਵੀਡੀਓ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਇਹ ਚੀਜ਼ਾਂ ਆਪਣੇ ਖੇਤ 'ਚ ਦੇਖੋ ਅਤੇ ਆਪਣੇ ਅਨੁਸਾਰ ਡੇਟ ਨਿਰਧਾਰਿਤ ਕਰੋ ਕਿ ਅਸੀਂ ਆਖਰੀ ਪਾਣੀ ਕਦੋਂ ਲਾਉਣਾ ਹੈ। ਖੁਸ਼ੀ ਦੀ ਗੱਲ ਹੈ ਕਿ ਮਾਰਚ ਦੇ ਵਿੱਚ ਤਾਪਮਾਨ ਠੀਕ ਰਹਿਣ ਦੀ ਸੰਭਾਵਨਾ ਹੈ ਹਜੇ ਤੀਕ ਤਾਂ, ਅਤੇ ਕੱਲ੍ਹ ਦਾ ਕੋਈ ਪਤਾ ਨਹੀਂ ਕਿ ਕੀ ਹੋਏਗਾ, ਅਤੇ ਜਿਹਦੇ ਕਰਕੇ ਇਹ ਸਾਡੀ ਫਸਲ ਦਾ ਝਾੜ ਵੀ ਚੰਗਾ ਰਹਿਣ ਦੀ ਸੰਭਾਵਨਾ ਹੈ, ਅਤੇ ਬਸ ਅਖੀਰਲੇ ਪਾਣੀ 'ਚ ਗਲਤੀ ਨਾ ਕਰ ਲਿਓ ਜੋ। ਦੋਸਤੋ ਬੇਨਤੀ ਹੈ ਕਿ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੈ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਬਾਕੀ ਕਿਸਾਨਾਂ ਨੂੰ ਵੀ ਇਹਦਾ ਫਾਇਦਾ ਮਿਲ ਸਕੇ। ਲਾਸਟ 'ਤੇ ਫਿਰ ਇਹੀ ਕਿ ਖੇਤ ਦੇ ਵਿੱਚ ਪਾਣੀ ਲਾਉਣ ਤੋਂ ਬਾਅਦ ਦੇ ਵਿੱਚ
ਜੇਕਰ ਪਾਣੀ ਖੇਤ ਦੇ ਵਿੱਚ ਵੱਧਦਾ ਹੈ ਤਾਂ ਉਹ ਵੱਧਦਾ ਹੋਇਆ ਪਾਣੀ, ਖੜ੍ਹਾ ਪਾਣੀ ਦੂਸਰੇ ਕਿਆਰਿਆਂ 'ਚ ਕੱਢਣ ਦੀ ਕੋਸ਼ਿਸ਼ ਕਰੋ ਅਤੇ ਕਣਕ ਜਿਹੜਾ ਹੈਗਾ ਡਿੱਗਣ ਦੇ ਚਾਂਸਿਸ ਘੱਟ ਹੋਣਗੇ। ਜਦੋਂ ਹਵਾ ਬੰਦ ਹੈ ਕੇਵਲ ਉਦੋਂ ਹੀ ਪਾਣੀ ਲਾਓ। ਧੰਨਵਾਦ ਦੋਸਤੋ।